ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਵੀਰ ਜੀ ਫੌਜ ਦੀ ਖੁੱਲੀ ਭਰਤੀ ਆ ਜਿਹੜਾ ਮਰਜ਼ੀ ਦੇਖ ਸਕਦਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਰੇ ਤਰ੍ਹਾਂ ਦੀ ਭਰਤੀ ਹੈ ਜਿਹੜੀ ਡੇਲੀ ਇੱਕ ਸ਼ਾਮ ਨੂੰ ਵੀਡੀਓ ਜ਼ਰੂਰ ਆਇਆ ਕਰੇਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਰ ਜੀ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਰੋਗੇ ਵੀਡੀਓ ਜ਼ਿਆਦਾ ਵਾਇਰਲ ਹੁੰਦੀ ਆ ਤੇ ਵੀਰ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਹੁਣ ਗੱਲ ਕਰਦੇ ਆ ਭਰਤੀ ਕਿਹੜੀ ਆਈ ਆ ਤੇ ਵੀਰ ਜੀ ਇਹਦੇ ਵਿੱਚ 10ਵੀਂ ਪਾਸ ਮੰਗੀ ਆ ਸਿਰਫ ਡਰਾਈਵਰਾਂ ਦੀ ਭਰਤੀ ਆ ਹੁਣ ਮੈਂ ਦੱਸਦਾ ਕਿਹੜੀ ਕਿਹੜੀ ਭਰਤੀ ਆ ਬਹੁਤ ਵਧੀਆ ਮੌਕਾ ਵਾ ਸੀਆਈਏਐਸ ਸਫਤ ਦੇ ਵਿੱਚ ਭਰਤੀ ਆ ਆ ਦੇਖੋ ਵੈਬਸਾਈਟ ਦੇ ਪੇਜ ਤੇ ਅਸੀਂ ਆ ਚੁੱਕੇ ਹਾਂ ਤੇ ਆ ਦੇਖੋ ਸੀਆਈਐਸਐਫ ਕਾਂਸਟੇਬਲ ਰਿਕਰੂਟਮੈਂਟ 2023 ਦੀ ਜਿਹੜੀ ਵੀਰਜੀ ਆ ਗਈ ਹੈ ਖਾਸ ਕਰਕੇ ਐਸਸੀ ਬੀਸੀ ਲਈ ਇਹਦੇ ਵਿੱਚ ਕੋਈ ਫੀਸ ਨਹੀਂ ਆ ਤੇ ਜਰਨਲ ਵਾਸਤੇ 100 ਰੁਪਏ ਸਿਰਫ ਇੱਕ ਫੀਸ ਹੈ ਤੁਸੀਂ ਫਾਰਮ ਭਰ ਸਕਦੇ ਹੋ ਬਹੁਤ ਹੀ ਵਧੀਆ ਦਸਵੀਂ ਬੇਸ ਤੇ ਮੌਕਾ ਮਿਲਦੇ ਆ ਤੁਹਾਨੂੰ ਤੇ ਇਸ ਕਰਕੇ ਅਪਲਾਈ ਜਰੂਰ ਤੁਸੀਂ ਕਰ ਲਿਓ ਸੀਆਈਐਸਐਫ ਕਾਂਸਟੇਬਲ ਰਿਕਰੂਟਮੈਂਟ 2023 ਦੀ ਵਿੱਚ ਭਰਤੀ ਜਿਹੜੀ ਆ ਚੁੱਕੀ ਹੈ 23 ਤਰੀਕ ਜਿਹੜੀ ਇਹਦੀ ਲਾਸਟ ਡੇਟ ਆ ਜਿਹੜੀ ਇਹਦੀ ਜਿਹੜੀ ਲਾਸਟ ਡੇਟ ਆ ਤੀਸਰੇ ਮਹੀਨੇ ਦੀ ਜੀ ਵੀਰ ਜੀ ਉਹ ਵੀ ਮੈਂ ਦੱਸ ਦਿੰਨਾ ਕਿੰਨੀ ਲਾਸਟ ਡੇਟ ਆ 452 ਵੈਕੈਂਸੀਆਂ ਨੇ ਇਹਦੇ ਵਿੱਚ ਸੀਆਈਐਸਐਫ ਦੇ ਵਿੱਚ ਤੇ ਵੀਰ ਜੀ ਆ ਦੇਖੋ ਸਾਫ਼-ਸਾਫ਼ ਦੱਸਿਆ ਹੈ ਕਿ ਇਹਦੇ ਵਿੱਚ ਫੀਸ ਜਿਹੜੀ ਗੱਲ ਕੀਤੀ ਜਾਵੇ ਫਾਰਮ ਭਰਨ ਦੀ ਫੀਸ ਸਿਰਫ 100 ਰੁਪਿਆ ਆ ਜਰਨਲ ਵਾਸਤੇ ਓਬੀਸੀ ਵਾਸਤੇ ਜੂਆਰ ਵਾਸਤੇ ਤੇ ਐਸਸੀ ਐਸਟੀ ਵਾਸਤੇ ਕੋਈ ਫੀਸ ਨਹੀਂ ਆ ਤੇ ਇਹਦੇ ਵਿੱਚ ਵੀਰ ਜੀ ਬਹੁਤ ਵਧੀਆ ਮੌਕਾ ਆ ਹਾਈਟ ਜਿਹੜੀ ਆ ਬਹੁਤ ਘੱਟ ਚਾਹੀਦੀ 167 ਸੈਂਟੀਮੀਟਰ ਸਿਰਫ ਹਾਈਟ ਚਾਹੀਦੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਆਰਮੀ ਵਿੱਚ 170 ਸੈਂਟੀਮੀਟਰ ਹਾਈਟ ਹੁੰਦੀ ਆ ਪਰ ਇਹਦੇ ਵਿੱਚ 167 ਸੈਂਟੀਮੀਟਰ ਸਿਰਫ ਹਾਈਟ ਮੰਗੀ ਆ ਤੇ ਵੀਰ ਜੀ ਜਿੰਨਾਂ ਕੋ ਡੋਗਰਾ ਜਾਂ ਕੋਈ ਸ਼ਕੰਡੀ ਏਰੀਆ ਸਰਟੀਫਿਕੇਟ ਵੀ ਹੈਗਾ ਆ ਦੇਖੋ ਸਾਫ਼-ਸਾਫ਼ ਲਿਖਿਆ ਆ ਉਹਨਾਂ ਦੀ 160 ਸੈਂਟੀਮੀਟਰ ਹਾਈਟ ਵੀ ਚੱਲ ਸਕਦੀ ਐ ਤੇ ਵੀਰ ਜੀ ਛਾਤੀ ਦਾ ਜੇ ਗੱਲ ਕੀਤੀ ਜਾਵੇ ਚੈਸਟ ਤੇ ਉਹ 80 ਸੈਂਟੀਮੀਟਰ ਮੰਗੀ ਆ ਤੇ 85 ਸੈਂਟੀਮੀਟਰ 5 ਇੰਚ ਜਿਹੜੀ ਐਕਸਪੈਂਸਿਵ ਮਤਲਬ ਫੁਲਾ ਕੇ ਜਾਨ ਨੂੰ ਫਲਾਉਣੀ ਹੋਣੀ ਚਾਹੀਦੀ ਹੈ 5 ਇੰਚ 80 ਤੋਂ 85 ਛਾਤੀ ਮੰਗੀ ਆ ਬਾਕੀ ਵੀਰ ਜੀ ਬਹੁਤ ਵਧੀਆ ਮੌਕਾ ਆ ਸੀਆਈਐਸਫ ਦੀ ਘੱਟੋ ਘਾਟੇ ਦੇ ਵਿੱਚ ਉਮਰ ਦੀ ਜੇ ਗੱਲ ਕੀਤੀ ਜਾਵੇ 21 ਸਾਲ ਉਮਰ ਹੋਣੀ ਚਾਹੀਦੀ 21 ਸਾਲ ਤੋਂ ਜਿੰਨੇ ਵੀ ਉੱਤੇ ਆ 27 ਸਾਲ ਇਹਦੀ ਲਾਸਟ ਉਮਰ ਆ 21 ਤੋਂ ਲੈ ਕੇ 27 ਤੱਕ ਜਿਨ੍ਹਾਂ ਦੀ ਵੀ ਉਮਰ ਹੈਗੀ ਆ ਵੀਰ ਜੀ ਫਾਰਮ ਜ਼ਰੂਰ ਭਰਿਓ ਇਹਦੇ ਵਿੱਚ ਖਾਸ ਤੌਰ ਤੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਇਹ 10ਵੀਂ ਪਾਸ ਤੇ ਆ ਵੀਰ ਜੀ ਇਹ ਡਰਾਈਵਰਾਂ ਲਈ ਖਾਸ ਕਰਕੇ ਭਰਤੀ ਆ ਦੇਖੋ ਕੌਨਸਟੇਬਲ ਡਰਾਈਵਰ ਰੱਖਣੇ ਨੇ ਉਹਨਾਂ ਨੇ ਵੀਰ ਜੀ ਤੇ ਬਹੁਤ ਹੀ ਵਧੀਆ ਭਰਤੀ ਆ ਤੇ ਇਹਦੀ ਜਿਹੜੀ ਤਨਖਾਹ ਦੀ ਗੱਲ ਕੀਤੀ 21700 ਰੁਪਏ ਤੋਂ ਲੈ ਕੇ ਇਹ ਵੀਰ ਜੀ ਪੱਕੀ ਨੌਕਰੀ ਆ ਸਰਕਾਰੀ ਨੌਕਰੀ ਆ ਤੇ ਇਹ ਦੇ ਵਿੱਚ 1000 ਤੋਂ ਲੈ ਕੇ 60 65000 ਤੱਕ ਇਹਦੀ ਤਨਖਾਹ ਜਾਵੇਗੀ ਇਹਦੇ ਵਿੱਚ ਕੌਨਸਟੇਬਲ ਡਰਾਈਵਰ ਕੰਪ ਪੰਪਰ ਆਪਰੇਟਰ ਜਿਹੜੇ ਆ 268 ਵੈਕੈਂਸੀਆਂ ਉਹਨਾਂ ਦੀਆਂ ਨੇ ਤੇ ਵੇਖੋ ਹੁਣ ਮੈਂ ਨੋਟੀਫਿਕੇਸ਼ਨ ਵੀ ਡਾਊਨਲੋਡ ਕਰਕੇ ਦਿਖਾਉਣਾ ਵਾ ਤੇ ਉਹਦੇ ਵਿੱਚ ਵੀ ਦੱਸ ਦੇਣਾ ਵਾ ਤੁਹਾਨੂੰ ਕਿ ਕੀ ਆ ਤੇ ਚਲੋ ਹੁਣ ਨੋਟੀਫਿਕੇਸ਼ਨ ਡਾਊਨਲੋਡ ਕਰਦੇ ਆਂ ਬਾਕੀ ਵੀਰ ਜੀ ਮੇਰੇ ਇੰਸਟਾਗ੍ਰam ਆਈਡੀ ਜਿਹੜੀ ਥੱਲੇ ਦਿੱਤੀ ਹੋਈ ਆ ਟੈਲੀਗ੍ਰam ਤੇ ਇਹਦਾ ਨੋਟੀਫਿਕੇਸ਼ਨ ਜੇ ਤੁਸੀਂ ਲੈਣਾ ਆ ਤਾਂ ਟੈਲੀਗ੍ਰam ਆਈਡੀ ਤੇ ਤੁਸੀਂ ਲੈ ਸਕਦੇ ਹੋ ਟੈਲੀਗ੍ਰam ਆਈਡੀ ਵੀ ਥੱਲੇ ਦਿੱਤੀ ਹੋਈ ਆ ਤੇ ਵੀਰ ਜੀ ਆ ਦੇਖੋ ਹੁਣ ਮੈਂ ਓਪਨ ਕਰਨ ਲੱਗਾ ਆਂ ਦੇਖਦੇ ਆਂ ਇੱਕ ਮਿੰਟ ਇੱਕ ਮਿੰਟ ਆ ਦੇਖੋ ਆ ਵੇਖੋ ਨੋਟੀਫਿਕੇਸ਼ਨ ਜਿਹੜਾ ਮੈਂ ਇਹਦਾ ਉਹ ਓਪਨ ਕਰਨ ਲੱਗਾ ਆਂ ਦੇਖਿਓ ਜੀ ਆ ਜੇ ਵਖੋ ਆ ਨੋਟੀਫਿਕੇਸ਼ਨ ਹੈ ਇਹਦਾ ਪੂਰਾ ਆ ਦੇਖੋ ਮੈਂ ਹਿੰਦੀ ਦੇ ਵਿੱਚ ਹੀ ਡਾਊਨਲੋਡ ਕਰ ਦਿੰਨਾ ਵਾ ਤੇ ਵੀਰ ਜੀ ਆ ਸਾਰਾ ਨੋਟੀਫਿਕੇਸ਼ਨ ਹੈ ਵੀਰ ਜੀ ਇਹ ਭਰਤੀ ਦੇ ਬਾਰੇ ਦੱਸਿਆ ਹੋਇਆ ਕੱਲੀ ਕੱਲੀ ਜਾਣਕਾਰੀ ਦਿੱਤੀ ਹੋਈ ਹੈ ਕੀ ਮੰਗਿਆ ਕੀ ਨਹੀਂ ਆ ਦੇਖੋ ਤੇ ਸਭ ਤੋਂ ਵੱਡੀ ਗੱਲ ਦੱਸੀ ਹੋਈ ਹੈ 21700 ਤੋਂ ਲੈ ਕੇ ਵੀਰ ਜੀ ਆ ਦੇਖੋ ਧਿਆਨ ਨਾਲ ਦੇਖ ਲਓ ਹੁਣ 21700 ਤੋਂ ਲੈ ਕੇ ਤਨਖਾਹ ਸ਼ੁਰੂ ਹੋਏਗੀ 69100 ਰੁਪਏ ਤੱਕ ਤਨਖਾਹ ਇਹਨਾਂ ਦੀ ਲੱਗਣੀ ਹੈ ਵੀਰ ਜੀ ਬਹੁਤ ਵਧੀਆ ਮੌਕਾ ਹੈ ਦਸਵੀਂ ਪਾਸ ਲਈ ਤੇ ਵੀਰ ਜੀ ਫਾਰਮ ਜ਼ਰੂਰ ਭਰ ਦਿਓ ਕੋਈ ਈਦੀ ਵੱਡੀ ਫੀਸ ਵੀ ਨਹੀਂ ਹੈਗੀ ਫਾਰਮ ਭਰਨ ਦੀ ਆ ਸਾਰਾ ਨੋਟੀਫਿਕੇਸ਼ਨ ਜੇ ਤੁਸੀਂ ਲੈਣਾ ਵਾ ਤੇ ਵੀਰ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਲਗਾਤਾਰ ਭਰਤੀਆਂ ਦੇ ਅਪਡੇਟ ਜਿੱਥੇ ਵੀ ਭਰਤੀ ਹੁੰਦੀ ਮੈਂ ਦੱਸੀ ਜਾਵਾਂਗਾ ਤੁਸੀਂ ਫਾਰਮ ਭਰੀ ਜਾਓ ਹੁਣ ਤੇ ਇਹਦੇ ਵਿੱਚ ਜਰਨਲ ਦੇ ਵਿੱਚ ਸਿਰਫ 100 ਰੁਪਏ ਇੱਕ ਫੀਸ ਹੈ ਤੇ ਐਸਪੀਸੀ ਲੈ ਤੇ ਫੀਸ ਹੈਗੀ ਵੀ ਨਹੀਂ ਆ ਵੈਸੇ ਵੀ ਤੁਸੀਂ ਫਾਰਮ ਜ਼ਰੂਰ ਭਰ ਛਡੋ ਤੇ ਵੀਰ ਜੀ ਚੰਗੀ ਲੱਗੇ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੈ ਹਿੰਦ ਦੋਸਤੋ